ਅੱਜ ਅਸੀਂ ਚੱਲੇ ਹਾਂ ਸ਼ਹਿਰ ਨੂੰ। ਇੱਕ ਤਾਂ ਮੈਂ ਆਪਣੀ ਐਲਰਜੀ ਦਾ ਟੈਸਟ ਕਰਵਾਉਣਾ ਆ, ਪਤਾ ਤਾਂ ਲੱਗੇ ਐਲਰਜੀ ਹੈਗੀ ਇੱਥੋਂ ਆ, ਅਤੇ ਦੂਜਾ ਸਿਮਰ ਨੇ ਥੋੜ੍ਹਾ ਜਿਹਾ ਸਮਾਨ ਲਿਆਉਣਾ ਸੀਗਾ, ਅਤੇ ਇੱਕ ਦੋ ਚੀਜ਼ਾਂ ਮੈਂ ਲਿਆਉਣੀਆਂ ਸੀਗੀਆਂ ਨਾਲ, ਉਹ ਵੀ ਚੱਕੀ ਲਿਆਵਾਂਗੇ ਆਪਾਂ। ਲਓ ਜੀ ਪਹੁੰਚ ਗਏ ਆਪਾਂ ਸ਼ਹਿਰ, ਅਤੇ ਹੁਣ ਥੈਲਾ ਚੱਕਾਂਗੇ ਕੱਪੜਿਆਂ ਨਾਲ। ਇਹ ਕੱਪੜੇ ਵੀ ਵਿਚਾਰੇ 2 ਮਹੀਨੇ ਹੋ ਗਏ ਲਿਆਉਂਦੇ, ਉਹਨੂੰ ਸੀਣੇ ਦੇਣੇ ਸੀਗੇ, ਉਹ ਵੀ ਦੇ ਕੇ ਜਾਵਾਂਗੇ ਅੱਜ। ਨਿੱਕੇ ਨਿੱਕੇ ਕੰਮ ਸਾਰੇ ਆਪਾਂ ਨਬੇੜ ਦੇਣੇ ਆ। ਚੱਲ ਗਏ ਜਨਾਬ ਪਾਰਕਿੰਗ, ਇੱਥੇ ਹੁਣ ਬਿਲਡਿੰਗਾਂ ਬਣਨ ਦੀਆਂ। ਇਹ ਜੇਲ੍ਹ ਹੁੰਦੀ ਸੀ, ਇਹ ਜੇਲ੍ਹ ਆ ਜਲੰਧਰ ਦੀ ਜੇਲ੍ਹ। ਲਓ ਜੀ ਗੱਲਬਾਤ ਹੋ ਗਈ, ਇੱਦਾਂ ਪਰਸ ਰਹਿ ਗਿਆ ਘਰ, ਹੁਣ ਦੇਖਿਆ ਮੈਂ ਆ ਕੇ ਪਰਸ ਘਰ ਰਹਿ ਗਿਆ। ਹੁਣ ਜਿਹੜੇ ਕੱਪੜੇ ਲਿਆਏ ਸੀਗੇ ਸੀਣੇ ਦੇਣੇ, ਉਹ ਦੇ ਕੇ ਅਤੇ ਵਾਪਸ ਮੁੜ ਜਾਣਾ, ਕੰਮ ਖਰਾਬ ਹੋ ਗਿਆ ਸਾਰਾ ਹੀ। ਮੈਂ ਕਿਹਾ ਪਰਸ ਰਹਿ ਗਿਆ ਘਰ, ਉਹਨੂੰ ਚੇਤਾ ਨਹੀਂ ਨਾ ਕਰਾਇਆ, ਦਵਾਈ ਖਾਂਦਾ ਉਹਨੂੰ ਚੇਤਾ ਭੁੱਲ ਜਾਂਦਾ। ਉਹ ਸਾਹਮਣੇ ਜੁੱਤੀਆਂ ਦੀ ਦੁਕਾਨ ਆ, ਹੈ ਜੁੱਤੀਆਂ ਵੀ ਲੈਣੀਆਂ, ਖਾਲੀ ਹੱਥ ਜਾਣਾ ਪੈਣਾ ਵਾਪਸ। ਹੁਣ ਆਇਆ ਜੀ ਕੱਪੜੇ, ਇਹ ਸੀਨੇ ਦੇ ਕੇ ਹੁਣ ਅਸੀਂ ਚੱਲੇ ਵਾਪਸ ਘਰ ਨੂੰ। ਆ ਗਏ ਜੀ ਘਰੇ, ਹੁਣ ਵੇਖਦੇ ਹਾਂ ਜਾਣਾ ਕਿ ਨਹੀਂ ਜਾਣਾ ਦੁਬਾਰਾ, ਕਿਉਂਕਿ 3 ਵੱਜਣ ਵਾਲੇ ਆ, 1.5 ਘੰਟਾ ਰਹਿ ਗਿਆ। ਵੇਖਦੇ ਹਾਂ ਅੰਦਰ ਸਲਾਹ ਕਰਦੇ ਜਾ ਕੀ ਕਰਨਾ। ਚਾਹ ਬਣਦੀ ਪਈ ਹੈ, ਅਤੇ ਚਾਹ ਨਾਲ ਬੇਗਮ ਸਾਹਿਬਾ ਪਰੌਂਠੇ ਬਣਾ ਰਹੇ ਨੇ, ਪਰੌਂਠੇ ਵੀ ਨਾਲ ਨਾਲ ਬਣ ਰਹੇ ਨੇ। ਅਤੇ ਚਾਹ ਜਿਹੜੀ ਆਪਾਂ ਪੀਣੀ ਹੈ ਮਿੱਟੀ ਦੇ ਭਾਂਡੇ ਦੇ ਵਿੱਚ, ਅੱਜ ਇਹਦੇ ਵਿੱਚ ਚਾਹ ਪੀਵਾਂਗੇ। ਇਹ ਹਮਾਰਾ ਅਤੇ ਹਮਾਰੀ ਬੇਗਮ ਸਾਹਿਬ ਦਾ ਬਰਤਨ ਬਣ ਗਈ। ਆ ਗਿਆ ਬਾਲਾ ਵੀ, ਆ ਗਿਆ ਆ ਗਿਆ। ਤਾਜ਼ੀ ਤਾਜ਼ੀ ਰੋਟੀ ਖਾਣੀ ਚਾਹੀਦੀ ਹੈ, ਚਾਹ ਨਾ ਪਰੌਂਠੇ। ਇਹ ਹੈਗਾ ਜੀ ਆਪਣਾ ਲੰਚ, ਪਰੌਂਠੇ ਨਾਲ ਦੁੱਧ ਜਪੱਤੀ ਚਾਹ। ਮਿੱਟੀ ਦੇ ਵਿੱਚ ਜਿਹੜਾ ਕੱਪ ਆ, ਇਹਦੇ ਵਿੱਚ ਚਾਹ ਪੀਣ ਦਾ ਸਵਾਦ ਹੀ ਵੱਖਰਾ ਆ, ਕਹਿ ਨਹੀਂ ਜਨਾਬ। ਨਾ ਉੱਦਾਂ ਵੀ ਨਾ ਟੇਸਟ ਜਿੱਦਾਂ ਗੁੜ ਦੀ ਚਾਹ ਦਾ ਟੇਸਟ ਆਉਂਦਾ ਹੁੰਦਾ ਨਾ, ਉੱਦਾਂ ਹੋਣ ਗਿਆ ਇਹਦਾ, ਬੜਾ ਵਧੀਆ ਟੇਸਟ ਜਿਹਾ ਆਉਂਦਾ ਵਿੱਚ ਮਿੱਟੀ ਦਾ ਬਣਾ ਬਣਾ ਨਾ। ਇੱਕ ਉਹਨੇ ਹੀ ਤੰਦੂਰ ਲਿਆਉਣਾ, ਤੰਦੂਰ ਵਾਲੀਆਂ ਰੋਟੀਆਂ ਬਣਾਇਆ ਕਰਨੀਆਂ, ਅਤੇ ਇੱਕ ਚਾਟੀ ਲਿਆਉਣੀ। ਕੀ ਲਿਆਉਣਾ ਸੀ ਆਪਾਂ? ਭੜੋਲੀ ਲਿਆਉਣੀ ਹੈ ਨਾ, ਸਬਜ਼ੀਆਂ ਉਹਦੇ ਵਿੱਚ ਬਣਾਇਆ ਕਰਨਾ ਮਿੱਟੀ ਦੇ ਸਮਾਨ 'ਚ ਨਾ, ਹੁਣ ਉਹਦੇ ਨਾਲ ਥੋੜ੍ਹਾ ਜਿਹਾ ਵਧੀਆ ਰਹਿੰਦਾ ਆ, ਹੈ ਨਾ। ਇੱਕ ਤਾਂ ਟੇਸਟ 'ਚ ਫਰਕ ਪੈ ਜਾਂਦਾ ਹੈ ਨਾ, ਹੋਰ ਮਿੱਟੀ 'ਚ ਗੁਣ ਬਹੁਤ ਹੁੰਦੇ ਨਾ। ਨਾਲੇ ਮੱਥੀ ਮਿੱਠੀ ਅੱਗ 'ਤੇ ਉਹ ਬਣਨਾ, ਟੇਸਟ ਵੱਖਰਾ ਹੀ। ਮੈਂ ਵੀਡੀਓ ਵੀ ਦੇਖੀਆਂ ਯੂਟਿਊਬ 'ਤੇ, ਬੜੀ ਵਧੀਆ ਚੀਜ਼ ਆ। ਮਿੱਟੀ ਦੇ ਵਿੱਚ ਦਾਲਾਂ ਬਣਾਉਣੀਆਂ, ਸਬਜ਼ੀ ਬਣਾਉਣੀ, ਤੱਤ ਜਿੱਦਾਂ ਨਾ ਉਹ ਵਿੱਚੋਂ ਜਿੱਦਾਂ ਸਬਜ਼ੀ ਦੇ ਤੱਤ ਖਤਮ ਨਹੀਂ ਹੁੰਦੇ, ਫਿਰ ਰਹਿੰਦੇ ਆ ਵਿੱਚ, ਉੱਤੋਂ ਮਿੱਟੀ ਦੇ ਤੱਤ ਹੁੰਦੇ ਜਿਹੜੇ ਉਹ ਵੀ ਵਿੱਚ ਰਲ ਜਾਂਦੇ ਆ, ਉਹ ਵਧੀਆ ਹੋ ਜਾਂਦਾ, ਸਰੀਰ ਲਈ ਬਹੁਤ ਵਧੀਆ ਆ। ਦੇਖਾਂਗੇ ਟਰਾਈ ਕਰਕੇ। ਅਤੇ ਤੰਦੂਰ ਲਿਆਉਣਾ, ਜਿਹੜਾ ਛੋਟਾ ਲਿਆਉਣਾ ਆ, ਜਿਹ 'ਚ 5-6-10 ਰੋਟੀਆਂ ਇੱਕੋ ਵਾਰੀ ਲੱਗ ਜਾਣ, ਹੈ ਨਾ। ਉੱਡਾ ਕੁ ਲਿਆਵਾਂਗੇ, ਜ਼ਿਆਦਾ ਵੱਡਾ ਆਪਾਂ ਕਿਹੜਾ ਇੱਥੇ ਢਾਬਾ ਖੋਲ੍ਹਣਾ। ਇਹ ਢਾਬਾ ਵੀ ਖੋਲ੍ਹ ਸਕਦੇ ਆਪਾਂ, ਖੂਹ ਵਾਲਿਆਂ ਦਾ ਢਾਬਾ। ਚੱਲ ਜਾਣਾ, ਨਾਮ ਤਾਂ ਬਣਿਆ ਮਾੜਾ ਮੋਟਾ ਜਿਹਾ ਜਲੰਧਰ 'ਚ। ਕਿਆ ਕਹਿੰਦਾ, ਖੂਹ ਵਾਲਿਆਂ ਦੇ ਢਾਬੇ 'ਤੇ ਚੱਲੀਏ ਰੋਟੀ ਖਾਣ, ਖੋਲ੍ਹ ਦਈਏ ਢਾਬਾ, ਖੂਹ ਵਾਲਿਆਂ ਦਾ ਢਾਬਾ। ਹੁਣ ਨਾਮ ਆਪਣਾ ਜਿਹੜਾ ਸੀਗਾ ਨਾ, ਉਹ ਮੈਂ ਤੁਹਾਨੂੰ ਦੱਸਿਆ ਸੀਗਾ, ਬਲੂਟਿਕ, ਉਹ ਵੀ ਤੁਹਾਨੂੰ ਮੈਂ ਦਿਖਾਉਂਦਾ ਹਾਂ। ਅਤੇ ਇੱਕ ਅਸੀਂ ਨਾਮ ਰਜਿਸਟਰ ਕਰਾ ਲੈਣਾ ਖੂਹ ਵਾਲੇ। ਕੁਛ ਵੀ ਕੋਈ ਵੀ ਆਪਣੇ ਨਾਮ 'ਤੇ ਕੋਈ ਚੈਨਲ ਨਹੀਂ ਬਣਾ ਸਕਦਾ, ਕੁਛ ਵੀ ਨਹੀਂ ਕੋਈ ਕਰ ਸਕਦਾ, ਕੋਈ ਕੰਮ ਨਹੀਂ ਖੋਲ ਸਕਦਾ, ਕੁਛ ਵੀ ਨਹੀਂ ਕਰ ਸਕਦਾ ਆਪਣੇ ਨਾਂ 'ਤੇ। ਮੈਂ ਪਤਾ ਕੀਤਾ ਆ, ਉਹ ਚੰਡੀਗੜ੍ਹ ਜਾਣਾ ਪੈਣਾ ਆ, ਮੋਹਾਲੀ ਰਜਿਸਟਰ ਹੋ ਜਾਣਾ ਆ। ਦੇਖਦੇ ਹਾਂ ਜਿੱਦਣ ਟਾਈਮ ਲੱਗਾ ਜਾਵਾਂਗੇ,
ਤੁਹਾਨੂੰ ਮੈਂ ਹੁਣ ਬਲੂ ਟਿਕ ਦੇ ਦਰਸ਼ਨ ਕਰਾਉਂਦਾ। ਆਪਾਂ ਨੂੰ ਅਗਲੇ ਦਿਨ ਹੀ ਮਿਲ ਗਿਆ ਸੀਗਾ ਪਰ ਮੈਂ ਵੀਡੀਓ ਅੱਜ 2 ਦਿਨਾਂ ਬਾਅਦ ਲੇਟ ਪਾਉਣ ਲੱਗਾ ਹਾਂ, ਮੇਲਾ ਆਪਾਂ ਨੂੰ ਪਹਿਲੇ ਗਿਆ ਸੀਗਾ। ਲਓ ਜੀ ਆ ਗਿਆ ਆਪਣਾ ਚੈਨਲ, ਆਹ ਦੇਖੋ ਟਿੱਕ ਮਿਲ ਗਿਆ ਆ ਆਪਾਂ ਨੂੰ ਵੈਰੀਫਾਈ। ਜੇ ਤੁਸੀਂ ਦੇਖਿਆ ਹੋਣਾ ਆ, ਨੋਟਿਸ ਕੀਤਾ ਹੋਣਾ, ਮੈਂ ਆਹ ਚੈਨਲ ਦਾ ਲੋਗੋ ਵੀ ਚੇਂਜ ਕਰ ਦਿੱਤਾ ਆ। ਹਾਂ ਵਧੀਆ ਲੱਗਦਾ, ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਪਿਛਲੇ ਹੀ ਵਾਰੀ ਜਦੋਂ ਮੈਂ ਵੀਡੀਓ ਬਣਾਈ ਸੀ ਨਾ ਅਪਲਾਈ ਕਰਨਾ ਸੀਗਾ, ਇੱਥੇ ਮੇਰੇ ਕੋਲ ਗਲਤੀ ਹੋ ਗਈ ਸੀ, ਮੈਂ ਉਹ ਕਰ ਲਈ ਸੀ ਸਹੀ। ਕਿੱਥੇ ਸੀ ਉਹ ਵਲੋਗ ਦੇ ਥਾਂ 'ਤੇ ਮੇਰੇ ਕੋਲ ਸੀ ਪੈ ਗਿਆ ਸੀ, ਕਿਉਂਕਿ ਉਦੋਂ ਮੈਂ ਨਾ ਅਜੇ ਇਹਨੂੰ ਸਹੀ ਕਰਕੇ ਹਟਿਆ ਸੀ ਕਾਹਲੀ ਕਾਹਲੀ 'ਚ, ਮੈਂ ਸੋਚਦੀ ਓਕੇ ਕਰਤਾ, ਪਰ ਮੈਂ ਉਹਦੇ ਕਰ ਲਿਆ ਸੀਗਾ ਸਹੀ। ਅਤੇ ਬਾਕੀ ਇੱਕ ਇੰਸਟਾਗ੍ਰਾਮ ਦਾ ਲਿੰਕ ਵੀ ਮੇਰੇ ਕੋਲ ਗਲਤ ਪਿਆ ਹੋਇਆ ਸੀ, ਉਹ ਪਤਾ ਨਹੀਂ ਕਦੋਂ ਦਾ ਪਿਆ ਹੋਇਆ ਸੀਗਾ, ਉਹ ਵੀ ਮੈਂ ਸਹੀ ਕੀਤਾ ਫਿਰ ਆਪਣਾ ਪਾਇਆ ਇੱਥੇ। ਅਤੇ ਇਹ ਹੋ ਗਿਆ ਜੀ ਆਪਣਾ ਓਕੇ ਰਿਪੋਰਟ। ਹੁਣ ਆਪਾਂ ਕਿਤੇ ਵੀ ਕਮੈਂਟ ਕਰਾਂਗੇ ਤਾਂ ਠੀਕ ਆ ਵਜਾ ਹੋਊਗਾ, ਮਾੜਾ ਜਿਹਾ ਹੋ ਜਾਂਦਾ ਅਗਲੇ ਨੂੰ ਵੀ ਇਹ ਚੈਨਲ ਹੈਗਾ, ਕੁਛ ਹੈਗਾ ਇਹਦੇ ਚੈਨਲ 'ਤੇ, ਮਤਲਬ ਠੀਕ ਆ ਵੱਜੇ ਦਾ ਮਤਲਬ ਵੀ ਮਤਲਬ ਚੈਨਲ ਨਾ ਵਧਣ, ਮਤਲਬ ਆਓ ਜਦੋਂ ਹੁਣ ਆਪਾਂ ਨਾ ਕਮੈਂਟ ਕਰਾਂਗੇ ਕਿਸੇ 'ਤੇ ਵੀ, ਥੋੜ੍ਹਾ ਜਿਹਾ VIP ਜਿਹਾ ਆਪਣਾ ਕਮੈਂਟ ਸਭ ਤੋਂ ਉੱਪਰ ਸ਼ੋਅ ਹੋਣਾ, ਨਾਲੇ ਅਗਲਿਆਂ ਨੇ ਲੱਗਣਾ ਵੀ ਜੈਨੂਅਨ ਪੇਜ ਆ ਕਿਸੇ ਦਾ ਇਹ, ਤਾਂ ਕਰਕੇ। ਹੁਣ ਮੈਨੂੰ ਕਈ ਜਣੇ ਪੁੱਛਦੇ ਹੁੰਦੇ ਆ ਭਾਅ ਜੀ ਤੁਸੀਂ ਮਿਊਜ਼ਿਕ ਕਿੱਥੋਂ ਲਾਉਂਦੇ ਆ, ਮਿਊਜ਼ਿਕ ਦਾ ਵੀ ਤੁਹਾਨੂੰ ਅੱਜ ਕਲੀਅਰ ਕਰ ਦਿੰਦਾ, ਤੁਹਾਨੂੰ ਮੈਂ ਵੈਬਸਾਈਟ ਵੀ ਦਿਖਾ ਦਿੰਦਾ ਆ। ਪਹਿਲਾਂ ਮੈਂ ਉਹਦਾ ਕਮੈਂਟਾਂ 'ਚ ਰਿਪਲਾਈ ਵੀ ਕਰ ਦਿੰਦਾ ਹੁੰਦਾ ਆ, ਭਾਅ ਜੀ ਇੱਥੋਂ ਮੈਂ ਮਿਊਜ਼ਿਕ ਆਪਣੀਆਂ ਵੀਡੀਓ 'ਚ ਯੂਜ਼ ਕਰਦਾ, ਤੁਹਾਨੂੰ ਮੈਂ ਦਿਖਾ ਹੀ ਦਿੰਦਾ ਅੱਜ। ਆਹ ਵੈਬਸਾਈਟ ਆ ਜੀ ਐਪੀਡੈਮਿਕ ਸਾਊਂਡ, ਇਹ ਸਰਚ ਕਰ ਲਿਓ ਤੁਸੀਂ। ਇਹ 1100 ਰੁਪਈਆ ਮਹੀਨੇ ਦਾ ਇਹ ਇਹਨਾਂ ਨੂੰ ਪੇ ਕਰਨਾ ਪੈਂਦਾ ਆ, ਅਤੇ ਆਪਾਂ ਇਹਨਾਂ ਕੋਲ ਬਹੁਤ ਜ਼ਿਆਦਾ ਮਿਊਜ਼ਿਕ, ਆਪਾਂ ਕੋਈ ਵੀ ਮਿਊਜ਼ਿਕ ਆਪਾਂ ਯੂਟਿਊਬ 'ਤੇ ਯੂਜ਼ ਕਰ ਸਕਦੇ। ਜੇ ਤੁਸੀਂ ਉੱਦਾਂ ਮਿਊਜ਼ਿਕ ਸੁਣਨਾ ਆ, ਤੁਸੀਂ ਇਹ ਵੈਬਸਾਈਟ ਖੋਲ੍ਹ ਕੇ ਨਾ ਐਪੀਡੈਮਿਕ ਸਾਊਂਡ ਦੀ, ਉੱਦਾਂ ਤੁਸੀਂ ਸੁਣ ਸਕਦੇ ਆ। ਮੇਰੇ ਖਿਆਲ ਨਾਲ ਡਾਊਨਲੋਡ ਵੀ ਸ਼ਾਇਦ ਹੋ ਜਾਂਦਾ ਆ, ਬਸ ਯੂਜ਼ ਨਹੀਂ ਤੁਸੀਂ ਕਰ ਸਕਦੇ ਫੇਸਬੁੱਕ 'ਤੇ, ਯੂਟਿਊਬ 'ਤੇ ਜਾਂ ਇੰਸਟਾਗ੍ਰਾਮ, ਤੁਹਾਨੂੰ ਕਾਪੀਰਾਈਟ ਆ ਜਾਂਦਾ ਆ। ਇਹ ਤੁਸੀਂ ਇਹ ਬਾਏ ਕਰ ਲੂੰਗੇ ਫਿਰ ਤੁਸੀਂ ਇੰਸਟਾਗ੍ਰਾਮ, ਫੇਸਬੁੱਕ ਅਤੇ ਯੂਟਿਊਬ 'ਤੇ ਯੂਜ਼ ਕਰ ਸਕਦੇ ਆ ਇਹਨਾਂ ਦੇ ਕੋਈ ਵੀ ਸੌਂਗ, ਅਤੇ ਬਹੁਤ ਜ਼ਿਆਦਾ ਹਾਈ ਕੁਆਲਿਟੀ ਵਾਲੇ ਹੁੰਦਾ, ਬਹੁਤ ਜ਼ਿਆਦਾ ਹੀ। ਹੁਣ ਤੁਹਾਨੂੰ ਨਾ ਮੈਂ ਅੱਜ ਕਿੰਨੇ ਦਿਨਾਂ ਬਾਅਦ ਮੈਂ ਜਿੰਮ ਦੇ ਵਿੱਚ ਐਂਟਰੀ ਕੀਤੀ ਆ, ਹੁਣ ਮੈਂ ਤੁਹਾਨੂੰ ਜਿੰਮ ਦਿਖਾਉਂਦਾ ਕੀ ਆ ਆਪਣੇ ਕੋਲ। ਅਤੇ ਇਹ ਹੁੰਦਾ ਸੀ ਬੈੱਡਰੂਮ, ਇੱਥੇ ਹੁਣ ਜਿੰਮ ਬਣਾਤਾ ਆ, ਪਹਿਲਾਂ ਉੱਪਰ ਹੁੰਦਾ ਸੀ ਉੱਤੋਂ ਥੱਲੇ ਲਿਆਉਂਦਾ, ਅਤੇ ਹੁਣ ਇੱਥੇ ਟੈਂਪਰੇਰੀ ਰੱਖਿਆ ਹੋਇਆ ਆ, ਅਤੇ ਥੋੜ੍ਹੇ ਦਿਨ ਹੀ ਆ ਬਸ, ਅਤੇ ਜਿੰਮ ਆਪਾਂ ਬਣਾ ਲੈਣਾ ਆ, ਫਿਰ ਸਾਰਾ ਕੁਛ ਉੱਥੇ ਸ਼ਿਫਟ ਕਰ ਦੇਣਾ ਆਪਾਂ, ਅਤੇ ਉੱਥੇ ਵਧੀਆ ਜਿਹਾ ਡੈਕੋਰੇਸ਼ਨ ਕਰਕੇ A to Z ਸਾਰਾ ਕੁਛ ਵਧੀਆ ਕਰਾਂਗੇ। ਪਹਿਲੋਂ ਮਸ਼ੀਨ ਜੀ ਆਹ ਆ ਆਪਣੀ, ਇੱਕ ਆਹ ਜਿਹੜੀ, ਇੱਥੇ 2-3 ਐਕਸਰਸਾਈਜ਼ਾਂ ਲੱਗ ਜਾਂਦੀਆਂ, ਟ੍ਰਾਈਸੈਪ ਲੱਗ ਜਾਂਦੇ ਆ, ਸਾਈਡ ਵਾਲੀਆਂ ਚੀਜ਼ਾਂ ਲੱਗ ਜਾਂਦੀਆਂ ਇੱਥੇ, ਅਤੇ ਇਹਦੇ ਇੱਥੇ ਨਾ ਫਸਾਬ ਸੂ ਕੇ ਹੋਰ ਵੀ ਕਈ ਜਗਾੜ ਬਣਾਏ ਆ ਇਹਦੇ ਵਿੱਚ। ਆਹ ਇਹਦੀ ਰਾਡ ਆ, ਆਹ ਹੈਗੀ ਆਪਣੀ ਰਨਿੰਗ ਵਾਲੀ ਮਸ਼ੀਨ, ਇਹ ਹਾਈਟ ਇਹਦੀ ਅੱਗਿਓਂ ਉੱਤੇ ਥੱਲੇ ਹੋ ਜਾਂਦੀ ਆ, ਵਧੀਆ ਆ। ਅਤੇ ਇੱਧਰ ਆ ਜਾਈਏ ਆਪਾਂ, ਇਹ ਆਪਣੀ ਚੈਸਟ ਵਾਲੀ, ਇਹ ਵੀ ਇਹਦੇ ਵੀ 3 ਪੁਆਇੰਟ ਆ, ਇੱਕ ਥੱਲੇ ਨੂੰ ਇਨਕਲਾਈਨ, ਡਿਸਲਾਈਨ ਅਤੇ ਫਲੈਟ, ਤਿੰਨੇ ਹੈਗੀ ਇਹਦੇ ਵਿੱਚ, ਬਾਕੀ ਆ ਡੰਬਰ ਡੁੰਬਰ ਆ, ਅਤੇ ਕਾਹ ਦੌੜਨ ਵਾਲੀ ਸਾਈਕਲ, ਛੋਟਾ ਸਾਈਕਲ, ਬਾਕੀ ਆਹ ਲੇਡੀਜ਼ ਵਾਲੇ ਡੰਬਲ ਵੀ ਰੱਖੇ ਆਪਾਂ, ਅਤੇ ਇਹਦੇ ਨਾਲ ਲੱਤਾਂ ਦੀ ਵੀ ਲੱਗ ਜਾਂਦੀ ਐਕਸਰਸਾਈਜ਼, ਇੱਥੇ ਪਾ ਕੇ ਨਾ ਪਲੇਟਾਂ ਇੱਦਾਂ ਤੁਹਾਨੂੰ। ਇਹ ਆ ਜੀ ਸਾਡਾ ਛੋਟਾ ਜਿਹਾ ਜਿੰਮ, ਇਹਨੂੰ ਹਜੇ ਵਧਾਉਣਾ ਆ, ਪਰ ਇੱਥੇ ਨਹੀਂ ਇਹ ਬੈੱਡਰੂਮ ਆ, ਬੈੱਡਰੂਮ ਨੂੰ ਜਿੰਮ ਬਣਾਇਆ ਹੋਇਆ ਕਿ ਨਹੀਂ, ਤਾਂ ਕਰਕੇ ਟੈਂਪਰੇਰੀ ਰੱਖਿਆ ਜੀ ਹਜੇ। ਇਹ ਆ ਜੀ ਆਪਣਾ ਜਿੰਮ ਛੋਟਾ ਜਿਹਾ, ਇਹਨੂੰ ਆਪਾਂ ਡਿਵੈਲਪ ਕਰਾਂਗੇ, ਵਧੀਆ ਜਿਹਾ ਬਣਾਵਾਂਗੇ, ਉੱਦਾਂ ਦਾ ਵੀ ਰੱਖਿਆ ਆ ਆਪਾਂ, ਆ ਵੀ ਰਹਿ ਗਿਆ ਆਹ ਆਪਣਾ ਭਾਰ ਤੋਲਣ ਵਾਲਾ, ਆਹ ਬੋਕਸਿੰਗ ਵਾਲਾ, ਬਾਕੀ ਉਹ ਖਿੱਚਣ ਖੁੱਚਣ ਵਾਲੀਆਂ ਮਸ਼ੀਨਾਂ ਮਸ਼ੀਨਾਂ ਜਿਹੀਆਂ ਹੈਗੀਆਂ ਆ ਆਪਣੇ ਕੋਲ, ਇਹ ਹਜੇ ਸਾਰੀ ਸੈਟਿੰਗ ਕਰਨ ਵਾਲੀ ਆ। ਅਤੇ ਆਹ ਸਪੀਕਰ ਆ ਜੀ ਮਾੜਾ ਮੋਟਾ ਜਿਹਾ, ਇਹ ਵਿਚਾਰਾ ਇਹਨੂੰ ਘੱਟੇ ਨਾ ਭਰਿਆ ਪਿਆ, ਬਸ ਇੱਕ ਵਾਰੀ ਸ਼ੁਰੂ ਕਰਨਾ ਪੈਂਦਾ, ਮਨ ਮਾਰਨਾ ਪੈਂਦਾ ਆ, ਇਹ ਬੰਦੇ ਨੂੰ ਆਦਤ ਪੈ ਜਾਂਦੀ ਆ। ਜਿੱਦਾਂ ਮੈਂ ਹੁਣ ਰਨਿੰਗ ਕਰਦਾ ਹਾਂ, ਹੁਣ ਮੈਂ ਇੱਕ ਦਿਨ ਨਾ ਜਾਵਾਂ ਅਗਲੇ ਦਿਨ ਮੈਂ ਚੜ ਜਾਂਦਾ ਹੁੰਦਾ ਹਾਂ, ਉੱਦਾਂ ਹੀ ਹੁਣ ਇੱਧਰ ਵੀ ਇਹਨਾਂ ਆਦਤ ਪਾਉਣੀ ਆ ਹੌਲੀ ਹੌਲੀ। ਇਹਦੇ ਰੂਮ ਦੇ ਵਿੱਚ ਮੈਂ ਤਾਂ ਨਹੀਂ ਮੇਰਾ ਦਿਲ ਕਰਦਾ, ਇਹਨੂੰ ਬਣਾਉਣਾ ਆ ਹੁਣ ਵਧੀਆ ਜਿਹਾ, ਅਤੇ ਆਹ ਮੈਂ ਚਿੜੀਆਂ ਦੇ ਲਾਏ ਸੀ ਘੌਂਸਲੇ 'ਚ, ਚਿੜੀਆਂ ਆਉਂਦੀਆਂ ਆ ਵਿਚਾਰੀਆਂ, ਇਹ ਹਾਈਟ ਬਹੁਤ ਨੀਵੀਂ ਲਾਈ ਹੈ ਇਹਨਾਂ ਦੀ, ਆਪਾਂ ਨਾ ਉੱਚੀ ਕਰ ਦਈਏ ਇਹਦੇ ਵਿੱਚ, ਇਹਨਾਂ ਨੂੰ ਨਾ ਕਦੇ ਟਿਕਾਣੇ ਜਿਹੇ 'ਤੇ ਲਾਈਏ ਜਿੱਥੇ ਨਾ ਆਪਣਾ ਵੀ ਨਾ ਹੱਥ ਪਹੁੰਚੇ, ਅਤੇ ਬਿੱਲੀ ਬੁੱਲੀ ਵੀ ਨਾ ਆਵੇ, ਫਿਰ ਚਿੜੀਆਂ ਨੇ ਇਹਦੇ ਵਿੱਚ ਰਹਿਣ ਲੱਪਣਾ, ਹੈ ਨਾ। ਇਹ ਆਪਾਂ ਨੀਵੀਆਂ ਲਾਏ ਨਾ ਸਾਹਮਣੇ ਹੀ ਲਾਏ ਇੱਥੇ ਐਂਟਰੀ 'ਤੇ ਹੀ, ਇਹਨਾਂ ਨੂੰ ਕਰਦੇ ਹਾਂ ਕਿਤੇ ਨਾ ਹੋਰ ਕਿਤੇ ਲਾਈਏ ਇਹਨਾਂ ਨੂੰ। ਆਹ ਵੀ ਬੈਂਚ ਜਿਹੜਾ ਨਾ ਇਹ ਉਦੋਂ ਦਾ ਰੱਖਿਆ, ਇੱਥੇ ਇਹਨੂੰ ਚੱਕ ਕੇ ਨਾ ਇੱਧਰਲੇ ਬੰਦੇ ਰੱਖੀਏ ਲਿਆ ਕੇ, ਬੰਦਾ ਬਹਿ ਬੂਝ ਜਾਂਦਾ।
ਇਹਨੂੰ ਵੀ ਕਰਦੇ ਹਾਂ। ਪਾਰਕ ਦੇ ਕਰਕੇ ਸਾਰਾ ਕੰਮ ਰੁਕਿਆ ਹੋਇਆ ਆ ਆਪਣਾ, ਹੁਣ ਨੂੰ ਤਾਂ ਆਪਾਂ ਨਿਬੇੜ ਦੇਣਾ ਸੀ ਸਾਰਾ। ਹੁਣ ਮੈਂ ਆ ਤਾਂ ਗਿਆ ਹਾਂ ਬਾਹਰ, ਜ਼ੁਕਾਮ ਦੇ ਪੂਰੇ ਪੂਰੇ ਚਾਂਸ ਆਇਆ ਇਸ ਟਾਈਮ ਨੂੰ ਇਹ ਛਿੜਨ ਦੇ। ਗਰੀਨਰੀ ਤੋਂ ਦੇਖ ਲਓ ਜ਼ੁਕਾਮ ਕਿੱਦਾਂ ਦੀ ਐਲਰਜੀ ਹੈ, ਗਰੀਨਰੀ ਤੋਂ ਹੀ ਪੋਲਨ ਐਲਰਜੀ। ਕਈਆਂ ਨੇ ਮੈਨੂੰ ਮੈਸੇਜ ਵੀ ਕੀਤੇ ਸੀਗੇ ਇੰਸਟਾਗ੍ਰਾਮ 'ਤੇ ਵੀ, ਭਾਅ ਜੀ ਤਾਂ ਇੱਦਾਂ ਤੁਹਾਨੂੰ ਮੈਡੀਸਨ ਭੇਜਾਂਗੇ। ਮੈਂ ਕਿਹਾ ਕੋਈ ਨਹੀਂ ਭੇਜ ਦਿਓ, ਖਾ ਕੇ ਵੇਖ ਲਵਾਂਗੇ, ਹਜੇ ਤਾਂ ਮੈਂ ਖਾਣ ਦਿਆਂ ਦਵਾਈ। ਬਸ ਰਹਿ ਗਏ 5-6 ਦਿਨ, ਉਹਨਾਂ ਨੇ ਗਰੰਟੀ ਦਿੱਤੀ ਸੀ। ਅਤੇ ਮਤਲਬ ਮੈਨੂੰ ਦਿਹਾੜੀ 'ਚ 1 ਜਾਂ 2 ਵਾਰੀ ਹੁੰਦਾ ਜ਼ਰੂਰ ਆ, ਹਜੇ ਤਾਂ ਮੈਂ ਮੂੰਹ 'ਤੇ ਮਾਸਕ ਲਾ ਕੇ ਰੱਖਦਾ, ਹੁੰਦਾ ਜ਼ਰੂਰ ਆ। ਉਹੀ ਦੇਖਣ ਦੇ ਆ ਵੀ ਆਰਾਮ ਆ ਜਾਵੇ, ਫੇਰ ਹੀ ਮੈਂ ਉੱਤੇ ਵੀਡੀਓ ਬਣਾਵਾਂ, ਸਾਰਿਆਂ ਨੂੰ ਫੇਰ ਹੀ ਨੰਬਰ ਦੇਵਾਂ। ਉੱਦਾਂ ਕਈਆਂ ਨੇ ਬਹੁਤ ਮੈਨੂੰ ਕਿਹਾ, ਮੈਂ ਫਿਰ ਦੇ ਦਿੱਤਾ ਸੀ ਨੰਬਰ, ਸਪੈਸ਼ਲ ਵੀਡੀਓ ਫੇਰ ਮੈਂ ਬਣਾਊਂਗਾ। ਬਸ ਰਹਿ ਗਏ 5-6 ਦਿਨ, ਉਸ ਤੋਂ ਬਾਅਦ ਹਟ ਜਾਂਦਾ। ਹਾਂ, ਅਤੇ ਤਾਂ ਮੈਂ ਨਹੀਂ ਸੀ ਸਪੈਸ਼ਲ ਵੀਡੀਓ ਬਣਾਈ, ਮੈਂ ਬਣਾਊਂਗਾ ਜ਼ਰੂਰ, ਐਨ ਓਕੇ ਰਿਪੋਰਟ ਹੋ ਗਈ। ਤਾਂ ਦੂਜੀ ਮੈਡੀਸਨ ਮੈਂ ਤਾਂ ਨਹੀਂ ਖਾਂਦਾ ਕਿਉਂਕਿ ਮੈਂ ਬੜੀਆਂ ਖਾ ਖਾ ਦੇਖੀਆਂ ਆ, ਉਹ ਸਰੀਰ ਦਾ ਨੁਕਸਾਨ ਕਰਦੀਆਂ ਆ। ਜਿਹੜੀ ਚੀਜ਼ ਬਾਹਰ ਆਉਣੀ ਆ ਉਹਨੂੰ ਅੰਦਰ ਹੀ ਦੱਬ ਦਿੰਦੀਆਂ, ਫੜ ਕੇ ਛਾਤੀ ਜਾਮ ਕਰ ਦਿੰਦੀਆਂ, ਨੁਕਸਾਨ ਕਰਦੀਆਂ ਆ। ਤਾਂ ਕਰਕੇ ਨਾ ਦੂਜੀ ਦਵਾਈ ਨਹੀਂ ਮੈਂ ਖਾਂਦਾ। ਬਸ ਇਹਦਾ ਇਹੀ ਹੱਲ ਆ ਸਭ ਤੋਂ ਵੱਡਾ, ਮੂੰਹ ਨੂੰ ਢੱਕ ਕੇ ਰੱਖੋ, ਬਸ 24 ਘੰਟੇ, 2-3 ਦਿਨ 4 ਦਿਨ ਲਗਾਤਾਰ ਢੱਕ ਕੇ ਰੱਖੋ ਕਿ ਹੌਲੀ ਜਿਹੀ ਘੱਟ ਜਾਂਦਾ ਆ। ਫਿਰ ਤੁਸੀਂ ਜਦੋਂ ਵੀ ਕਿਤੇ ਬਾਹਰ ਜਾਣਾ ਜਾਂ ਘਰ ਦੇ ਵਿੱਚ ਘੁੰਮਣਾ, ਇਹਨਾਂ ਬਸ ਮੂੰਹ ਢੱਕ ਕੇ ਰੱਖਣਾ ਹੀ ਪੈਣਾ। ਇਹ ਐਲਰਜੀ ਦਾ ਸਭ ਤੋਂ ਵੱਡਾ ਨਾ ਇਹਨੂੰ ਰੋਕਣ ਦਾ ਤਰੀਕਾ ਇਹੋ ਹੀ ਆ, ਬਸ ਮੂੰਹ ਢੱਕੀ ਰੱਖੋ ਆਹ 2-3-4 ਮਹੀਨੇ, ਅਤੇ ਬਾਅਦ 'ਚ ਜਿਹੜੀ ਵੀ ਤੁਸੀਂ ਟ੍ਰੀਟਮੈਂਟ ਕਰਨਾ ਉਹ ਕਰੀ ਜਾਓ, ਅਤੇ ਫਿਰ ਇਹ ਕਲੀਅਰ ਹੋ ਜਾਂਦੀ ਆ। ਜਿੰਨਾ ਕੁ ਮੈਂ ਇਹਨੂੰ ਪਰਖਿਆ ਐਲਰਜੀ ਨੂੰ, ਇਹ ਤੀਜਾ ਸਾਲ ਆ ਮੇਰਾ ਅਤੇ ਹੁਣ ਠੀਕ ਆ ਯਾਰ, ਕਿ ਤਜਰਬਾ ਜ਼ਿਆਦਾ ਵੱਧ ਗਿਆ ਵੀ ਇਹਨੂੰ ਕਿੱਦਾਂ ਕੰਟਰੋਲ ਕਰਨਾ, ਇਹਨੂੰ ਫੜਨਾ ਕਿੱਦਾਂ, ਕਈ ਚੀਜ਼ਾਂ ਦੀਆਂ ਪਤਾ ਲੱਗ ਚੁੱਕੀਆਂ ਮੈਨੂੰ। ਅਤੇ ਬਾਕੀ ਹੁਣ ਮੈਂ ਮਾਸਕ ਲਾ ਲਵਾਂ, ਅੰਦਰ ਰਹਿ ਗਿਆ ਮੇਰਾ ਮਾਸਕ, ਨਹੀਂ ਤਾਂ ਮੇਰਾ ਫਿਰ ਕੰਮ ਖਰਾਬ ਹੋ ਜਾਣਾ ਆ। ਸ਼ਹਿਰੋਂ ਅਸੀਂ ਨਾ ਪਰਸ ਕਰਕੇ ਮੁੜਨਾ ਪਿਆ ਸਾਨੂੰ, ਜਿਹੜਾ ਪਰਸ ਸੀ ਉਹ ਘਰ ਰਹਿ ਗਿਆ ਸੀ ਅਤੇ ਕੰਮ ਖਰਾਬ ਹੋਇਆ। ਫਿਰ ਵੇਖੀਏ ਅਸੀਂ ਤਾਂ ਠਾ ਹੁਣ ਇਹਨਾਂ ਧਾਰ ਥੋੜ੍ਹਾ ਕਰਨਾ ਆ ਹੁਣ ਦੁਕਾਨਦਾਰਾਂ ਨਾਲ, ਅਤੇ ਸਾਨੂੰ ਮੁੜ ਕੇ ਆਉਣਾ ਪਿਆ। ਅਤੇ ਫਿਰ ਉਸ ਤੋਂ ਬਾਅਦ ਫਿਰ ਆ ਗਏ, 3 ਵਜੇ ਤਾਂ ਲੋਕਡਾਊਨ ਲੱਗ ਜਾਂਦਾ ਆ, ਅਤੇ ਫਿਰ ਅਸੀਂ ਗਏ ਨਹੀਂ। ਅਤੇ ਹੁਣ ਸੋਮਵਾਰ 'ਤੇ ਗੱਲ ਪੈ ਗਈ ਆ, ਜੇ ਮੈਂ ਸੋਮਵਾਰ ਠੀਕ ਹੋਇਆ ਤਾਂ, ਨਹੀਂ ਤਾਂ ਫਿਰ ਉਸ ਤੋਂ ਗਾਂ। ਠੀਕ ਆ ਜੀ, ਅਤੇ ਹੁਣ ਅਸੀਂ ਲੱਗੇ ਹਾਂ ਸਬਜ਼ੀਆਂ ਤੋੜਨ। ਆਹ ਦੇਖੋ ਕਾਲੇ ਬਤਾਊ ਵੀ ਲੱਗੇ ਆ ਅਤੇ ਚਿੱਟੇ ਬਤਾਊ ਵੀ ਲੱਗੇ ਆ, ਇਹ ਅੱਜ ਤੋੜਾਂਗੇ। ਕਿਹੜੇ ਆਪਾਂ ਤੋੜਨੇ, ਕਿਹੜੇ ਆ? ਚਿੱਟੇ ਅੱਜ ਚਿੱਟੇ ਬਤਾਊ ਬਣਾਉਣੇ। ਇਹ ਵਧੀਆ ਬਣਦੇ ਉੱਦਾਂ, ਹੁਣ ਫਰਾਈ ਕਰਕੇ ਬਣਾਉਣੇ ਨਾ। ਇਹ ਵਧੀਆ ਬਣਦੇ। ਅਤੇ ਠੀਕ ਆ ਜੀ, ਫਿਰ ਹੁਣ ਕੰਮ ਕਾਰ ਕਰੀਏ। ਮੂੰਹ 'ਤੇ ਪਾਉਣ ਲੱਗਾ ਮੈਂ ਮਾਸਕ ਨਾਲ ਲਿਆਇਆ ਹਾਂ, ਕਿਉਂਕਿ ਮੈਨੂੰ ਇੱਥੋਂ ਕੰਮ ਹੋ ਜਾਣਾ ਮੇਰਾ, ਨਾਲ ਹੀ ਲਿਆਇਆ ਮਾਸਕ ਵੀ। ਉਤਾਊਂ ਤੋੜੀਏ ਅਤੇ ਸਬਜ਼ੀ ਰੋਟੀ ਪਾਣੀ ਬਣਾਈਏ, ਅਤੇ ਕੱਲ੍ਹ ਮਿਲਦੇ ਹਾਂ ਆਪਾਂ। ਜੇ ਮੈਂ ਗਿਆ ਅੰਮ੍ਰਿਤਸਰ ਤਾਂ ਫਿਰ ਅੰਮ੍ਰਿਤਸਰ ਦਾ ਵਲੋਗ, ਨਹੀਂ ਤਾਂ ਫਿਰ ਇੱਥੇ ਹੀ। ਓਕੇ ਜੀ, ਬਾਏ ਜੀ, ਧੰਨਵਾਦ ਜੀ, ਕੱਲ੍ਹ ਮਿਲਦੇ ਹਾਂ ਜੀ।